ਯਾਰ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਸਾਰੇ ਵੀਰ ਭਰਾਵਾਂ ਨਾਲ ਕਿ ਮੈਨੂੰ ਤੁਸੀ ਇਹ ਗੱਲ ਦੱਸਣੀ ਹੈ ਜਦੋਂ ਕੋਈ ਵੀ ਤੁਸੀਂ ਜਾਂ ਮੈਂ ਕੋਈ ਵੀ ਕੰਮ ਕਰਨਾ ਵਾ ਨਾ ਤੇ ਸਾਡੇ ਰਿਸ਼ਤੇਦਾਰਾਂ ਨੂੰ ਤੇ ਯਾਰਾਂ ਬੇਲੀਆਂ ਨੂੰ ਜਿੰਨੇ ਵੀ ਨਾਲ ਹੁੰਦੇ ਆ ਉਹ ਵੀਡੀਓ ਸਾਡੀ ਕੋਈ ਵੀ ਵੇਖਦੇ ਨੇ ਤੇ ਉਹ ਇਹ ਗੱਲ ਕਹਿੰਦੇ ਨੇ ਵੀ ਤੁਹਾਡੀ ਵੀਡੀਓ ਵਾਇਰਲ ਨਹੀਂ ਹੋਣੀ ਤੇ ਹਾਲਜੋ ਨਾ ਬਣਾਓ ਇਹ ਵੀਡੀਓ ਗੰਦੀ ਬਣੀ ਆ ਸਹੀ ਨਹੀਂ ਬਣੀ ਤੈਨੂੰ ਤੁਸੀਂ ਮੈਨੂੰ ਇੱਕ ਕਮੈਂਟ ਕਰਕੇ ਦੱਸਣਾ ਵਾ ਕਿ ਤੁਹਾਡੇ ਯਾਰ ਬੇਲੀ ਵੀ ਤੁਹਾਡੇ ਨਾਲ ਇਦਾਂ ਹੀ ਬਿਹੇਵ ਕਰਦੇ ਨੇ ਜਿੱਦਾਂ ਕਿ ਮੇਰੇ ਯਾਰ ਬੇਲੀ ਮੇਰੇ ਨਾਲ ਲੱਗੇ ਰਹਿੰਦੇ ਨੇ ਕਿ ਇਹਦੇ ਵਿੱਚ ਉਹਨਾਂ ਨੂੰ ਕੋਈ ਚੀਜ਼ ਨਹੀਂ ਲੱਭਣੀ ਨਾ ਤੂੰ ਵੀਡੀਓ ਬਣਾ ਤੇ ਯਾਰ ਮੈਨੂੰ ਸਹੀ ਗੱਲ ਪੁੱਛੋ ਵੀ ਬੜਾ ਦੁੱਖ ਲੱਗਦਾ ਜਦੋਂ ਇਦਾਂ ਦਾ ਰੈਕਸ਼ਨ ਕਰਦੇ ਨੇ ਕਿ ਸਾਡੇ ਯਾਰ ਬੇਲੀ ਸਾਨੂੰ ਸਪੋਰਟ ਕਰਨ ਦੀ ਬਜਾਏ ਸਾਡੇ ਮੁਖਾਲਫ ਜਾਂਦੇ ਨੇ ਕਿ ਸਾਨੂੰ ਸਾਡੇ ਕੰਮ ਕਰਨ ਤੋਂ ਮਨਾ ਕਰਦੇ ਨੇ ਕਿ ਤੂੰ ਯਾਰ ਵੀਡੀਓ ਨਾ ਬਣਾ ਵੀਡੀਓ ਸਹੀ ਨਹੀਂ ਬਣਾਉਂਦੀ ਸਾਰੇ ਗੱਲਾਂ ਕਰਨਗੇ ਯਾਰ ਗੱਲਾਂ ਕਰਨਗੇ ਅਸੀਂ ਕਿਹੜਾ ਵੀ ਕਿਸੇ ਕੋਲ ਲੈ ਕੇ ਖਾਣੇ ਆ ਜਾਂ ਕਿਸੇ ਨੂੰ ਕਹਿੰਦੇ ਆ ਵੀ ਸਾਨੂੰ ਪੈਕੇਜ ਪਵਾ ਕੇ ਦਿਓ ਲਵਾ ਕੇ ਦਿਓ ਤੇ ਸਾਡਾ ਦਿਲਵਾਜਦਾ ਵਾ ਅਸੀਂ ਵੀਡੀਓ ਬਣਾਉਂਨੇ ਆ ਇਹਦੇ ਵਿੱਚ ਕਿਸੇ ਨਾਲ ਕੀ ਜਾਂਦਾ ਵਾ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਕਿਸੇ ਨੂੰ ਕਿਉਂ ਇੰਨਾ ਦੁੱਖ ਪਹੁੰਚਦਾ ਵਾ ਸਾਡੀ ਕਾਮਯਾਬੀ ਵੇਖ ਕੇ ਦੁਨੀਆ ਛੱਡਦੀ ਕਿਉਂ ਆ ਮੈਨੂੰ ਇਹ ਸਮਝੋਂ ਗੱਲ ਬਾਹਰ ਤੇ ਦੂਜੇ ਨੰਬਰ ਤੇ ਅਸੀਂ ਕਿਤੇ ਵੀ ਜਾਂਨੇ ਆ ਸਪੋਰਟ ਕਰਨ ਦੀ ਬਜਾਏ ਸਾਡਾ ਮਜ਼ਾਕ ਬਣਾਉਂਦੇ ਨੇ ਕਿ ਲੈ ਹੁਣ ਇਥੇ ਇਹਨੇ ਕੰਮ ਸਟਾਰਟ ਕਰ ਲਿਆ ਵੀਡੀਓ ਬਣਾਉਣ ਲੱਗ ਪਿਆ ਵੀ ਬੰਦਾ ਪੁੱਛਣ ਆਲਾ ਜਾਂ ਤੂੰ ਸਾਨੂੰ ਪਾਗੇ ਲਵਾ ਕੇ ਦੇਣਾ ਵਾ ਜਿਵੇਂ ਅਸੀਂ ਜਿੱਥੇ ਵੀ ਜਾਣਾ ਹੋਵੇ ਅਸੀਂ ਕਦੇ ਤੁਹਾਨੂੰ ਕਿਹਾ ਹੋਵੇ ਵੀ ਤੂੰ ਸਾਡੀ ਵੀਡੀਓ ਬਣਾ ਤੇ ਯਾਰ ਇਹ ਗਲਤ ਸੀਨ ਕਰਦੇ ਨੇ ਮੈਂ ਸਾਰੇ ਵੀਰਾਂ ਅੱਗੇ ਬੇਨਤੀ ਹੈਗੀ ਆ ਕਿ ਸਾਡੀ ਵੀਡੀਓ ਜਿਹਨੇ ਦੇਖਣੀ ਆ ਦੇਖੇ ਜਿਹਨੇ ਨਹੀਂ ਦੇਖਣੀ ਤੇ ਉਹ ਗੱਲਾਂ ਨਾ ਕਰੇ ਯਾਰ ਸਾਡੇ ਕੰਨ ਪਿੱਛੇ ਤੇ ਸਾਡੇ ਮੂੰਹ ਤੇ ਸਾਡੇ ਨਾਲ ਨਾ ਉਹ ਗੱਲਾਂ ਨਾ ਕਰਿਆ ਮੇਰੀ ਵੀਡੀਓ ਉਹਨਾਂ ਵੀਰਾਂ ਵਾਸਤੇ ਆ ਕਿ ਜਿਹੜੇ ਇੱਕ ਦੂਜੇ ਤੇ ਛੜਦੇ ਆ ਯਾਰ ਛੜਿਆ ਨਾ ਕਰੋ ਵੀਡੀਓ ਤੁਸੀਂ ਜਿੱਦਾਂ ਦੀ ਵੀ ਕੋਈ ਵੀ ਬਣਾਉਂਦਾ ਵਾ ਨਾ ਜਿੱਦਾਂ ਦਾ ਕੋਈ ਕੰਮ ਕਰਦਾ ਵਾ ਉਹਨੂੰ ਉਹ ਕੰਮ ਕਰਨ ਦਿਓ ਯਾਰ ਕਦੇ ਨਾ ਕਦੇ ਰੱਬ ਕਾਮਯਾਬ ਕਰੇਗਾ ਕਾਮਯਾਬ ਤੁਸੀਂ ਨਹੀਂ ਕਰਨਾ ਕਾਮਯਾਬ ਰੱਬ ਦੀ ذات ਬਾਗ ਨੇ ਕਰਨਾ ਵਾ ਤੇ ਯਾਰ ਇਹ ਕੰਮ ਸਹੀ ਨਹੀਂ ਹੈਗਾ ਤੇ ਦੂਜੇ ਨੰਬਰ ਤੇ ਯਾਰ ਇੱਕ ਹੋਰ ਗੱਲ ਆ ਸਾਰੇ ਵੀਰਾਂ ਵੀਰਾਂ ਅਗੇ ਬੇਨਤੀ ਕੀਤੀ ਜਾਂਦੀ ਆ ਮੇਰੇ ਵੱਨੋਂ ਈਯੂਬ ਸਾਬਰ ਬਨੋ ਮੇਰਾ SK Menu ਦਾ ਚੈਨਲ ਆ YouTube ਦਾ ਤੇ ਮੇਰਾ ਯਾਰ ਚੈਨਲ ਕੋਈ ਨਾ ਹੋਰ ਮੰਦਾ ਲੈਪਟਾਪ ਤੇ ਖੋਲਣ ਦੀ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਮੇਰਾ ਚੈਨਲ ਨਾ ਜਿਹੜਾ ਕਿ ਉਹ ਬਾਰ-ਬਾਰ ਕੋ ਓਪਨ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਯਾਰ ਲੋਕੀ ਅੰਜ ਕਿਉਂ ਕਰਦੇ ਨੇ ਯਾਰ ਕਿਸੇ ਦੀ ਕਾਮਯਾਬੀ ਵੇਖ ਕੇ ਛੜੀਦਾ ਨਹੀਂ ਮੇਰਾ ਵੀਰ ਉਹਨੂੰ ਸਪੋਰਟ ਕਰੋ ਜੇ ਕਰ ਸਕਦੇ ਹੋ ਤੇ ਜੇ ਸਪੋਰਟ ਨਹੀਂ ਨਾ ਕਰ ਸਕਦੇ ਤੇ ਉਹਦੇ ਨਾਲ ਅੰਜ ਗਲਤ ਹਰਕਤ ਨਹੀਂ ਕਰਨੀ ਚਾਹੀਦੀ ਕਿ ਉਹਦਾ ਚੈਨਲ ਤੁਸੀਂ ਚੋਰੀ ਕਰਾ ਦੇਓ ਯਾਰ ਇਹ ਗੱਲ ਤੁਹਾਡੇ ਵਾਸਤੇ ਵੈਸੇ ਮناسب ਨਹੀਂ ਹੈਗੀ ਹੁਣ ਮੈਂ ਮਿਹਨਤ ਕਰਦਾ ਪਿਆ ਵਾਂ ਯਕੀਨ ਮੰਨੋ ਹਫਤੇ ਦੇ ਵਿੱਚ ਦੋ ਪੈਕੇਜ ਮੈਂ ਲਵਾਨਾ ਵਾਂ ਵੀਡੀਓ ਅਪਲੋਡ ਕਰਨ ਵਾਸਤੇ ਇੱਕ ਵੀਡੀਓ 4-5 ਮਿੰਟ ਦੀ ਆ ਜਿਹੜੀ 2-3 GB ਡਾਟਾ ਉੱਡ ਜਾਂਦਾ ਵਾ ਮੇਰਾ ਤੇ ਯਾਰ ਮੈਂ ਕਦੇ ਤੁਹਾਨੂੰ ਤਾਂ ਨਹੀਂ ਇਹ ਗੱਲ ਕਹੀ ਵੀ ਮੇਰੇ ਇੰਨੀ ਡਾਟਾ ਲੱਗਣ ਦਿਆ ਵਾ ਤੇ ਮੈਨੂੰ ਪਰੇਸ਼ਾਨੀ ਆ ਤੇ ਯਾਰ ਮਿਹਰਬਾਨੀ ਆ ਤੁਹਾਡੇ ਸਾਰੇ ਵੀਰਾਂ ਭਰਾਵਾਂ ਦੀ ਕਿ ਮੈਨੂੰ ਤੁਸੀਂ ਸਪੋਰਟ ਕਰੋ ਜਿੰਨੀ ਹੋ ਸਕਦਾ ਹੈ ਯਾਰ ਮੇਰੇ ਮੁਖਾਲਫ ਨਾ ਜਾ ਕੇ ਖਲੋਵੋ ਤੁਹਾਡੀ ਮਿਹਰਬਾਨੀ ਸਾਰੇ ਵੀਰਾਂ ਦੀ ਤੇ ਮੇਰੀ ਵੀਡੀਓ ਜੇ ਕਿਸੇ ਵੀਰ ਭਰਾ ਨੂੰ ਗੱਲ ਲੱਗੀ ਹੋਵੇ ਤੇ ਮੈਂ ਮਾਅਜ਼ਤ ਕਰਦਾ ਮਾਂ ਉਹਦੇ ਕੋਲੋਂ ਸਹੀ ਆ ਤੇ ਬਾਕੀ ਯਾਰ ਜਿਹੜੇ ਵੀਰ ਭਰਾ ਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਉਹ ਕਮੈਂਟ ਕਰਕੇ ਲਾਜ਼ਮੀ ਦੱਸੋ ਤੇ ਵੀਡੀਓ ਨੂੰ ਸ਼ੇਅਰ ਕਰੋ ਯਾਰ ਚੈਨਲ ਮੇਰਾ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ ਮੇਰਾ ਵੀਰ ਮੈਨੂੰ ਤੁਹਾਡੀਆਂ ਸਪੋਰਟਾਂ ਦੀ ਜ਼ਰੂਰਤ ਹੈ ਮੇਰਾ ਵੀਰ ਲਵ ਯੂ ਹੋ ਗਿਆ